ਮਾਮਲਾ ਲੁਧਿਆਣਾ ਦੇ ਮਿਲਰਗੰਜ ਇਲਾਕੇ ਦਾ ਹੈ ਜਿੱਥੇ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਮੋਟਰਸਾਈਕਲ ਸਵਾਰ ਵਿਅਕਤੀਆਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਮੋਟਰਸਾਈਕਲ ਚਲਾ ਰਹੇ ਯੁਵਕ ਦੇ ਡੂੰਘੀਆਂ ਸੱਟਾਂ ਆਈਆਂ ਨੇ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹਥਿਆਰਬੰਦ ਯੁਵਕਾਂ ਨੇ ਮੋਟਰਸਾਈਕਲ ਨੂੰ ਜਾਉਂਦੇ ਵੇਲੇ ਅੱਗ ਵੀ ਲਗਾ ਦਿੱਤੀ ਮੇਰੇ ਤੋਂ ਮੁੰਡਾ ਕੌਣ ਆਏ ਸੀਗੇ ਮੇਰੀ ਨਣਤੇ ਦੇ ਬੱਚਾ ਨਹੀਂ ਹੁੰਦਾ ਉਹਦੇ 8 ਸਾਲ ਵਿਆਹ ਨੂੰ ਹੋ ਗਏ ਮੇਰੇ ਤੋਂ 20,000 ਰੁਪਇਆ ਕਹਿੰਦੇ ਲੈ ਲਾ ਮੈਨੂੰ ਮੁੰਡਾ ਦੇ ਦੇ ਮੈਂ ਕਿਹਾ ਮੈਂ ਨਹੀਂ ਦੇਣਾ ਮੁੰਡਾ ਆਪਣਾ ਅਤੇ ਮੇਰੇ ਤੋਂ ਮੁੰਡਾ ਮੰਗਦੇ ਨੇ ਕਿ ਮੇਰੇ ਘਰ ਆ ਕੇ ਮੇਰੇ ਹਮਲਾ ਕੀਤਾ ਮੇਰੇ 'ਤੇ ਪੈਟਰੋਲ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਮੇਰੇ ਸਾਡੇ ਘਰ ਦੇ ਮਤਲਬ ਸਾਰੇ ਮੁੰਡੇ ਬਚਾਉਣ ਆਏ ਮੈਨੂੰ ਅਤੇ ਉਹਨਾਂ ਮਚਾਉਣ ਆਏ ਅਤੇ ਸਾਡੇ ਜਾਂਦੇ ਜਾਂਦੇ ਇੱਟਾਂ ਮਾਰਨ ਲੱਗ ਗਏ ਰੋੜੇ ਮਾਰਦੇ ਅਤੇ ਉਹ ਮੁੰਡੇ ਨਾਲ ਨਜਾਇਜ਼ ਹੋਈ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਮੁੰਡੇ ਵੀਰੇ ਦਾ ਸਾਡੇ ਦਾ ਮੇਰਾ ਭਰਾ ਹੀ ਆ ਭੈਣਾਂ ਤਾਂ ਸਾਰੇ ਵੀ ਸਾਂਝੀਆਂ ਹੁੰਦੀਆਂ ਹਾਂਜੀ ਕਿੱਥੇ ਰਹਿੰਦਾ ਲੜਕਾ ਜੀ ਲਹਾਰੇ ਰਹਿੰਦੇ ਨੇ ਲਹਾਰਾ ਕਲੋਨੀ ਅਤੇ ਮੇਰੇ ਭਰਾ ਨੇ ਮੈਨੂੰ ਪੂਰੀ ਸਟੋਰੀ ਦੱਸੀ ਉਹ ਤੋਂ ਬੋਲਿਆ ਨਹੀਂ ਸੀ ਜਾਂਦਾ ਕਹਿੰਦਾ ਭੈਣੇ ਮੇਰੀ ਮਾਂ ਫੜੀ ਉਹਨੇ ਕਹਿੰਦਾ ਪਹਿਲਾਂ ਇੱਦਾਂ ਟੱਕ ਮਾਰੇ ਵੱਡੇ ਵੱਡੇ ਕਹਿੰਦੇ ਇਹਨੂੰ ਸਾਲੇ ਦੀ ਪਹਿਲਾਂ ਬਾਂਹ ਤੋੜਨੀ ਆ ਟੱਕ 5-6 ਮਾਰੇ ਇੱਦਾਂ ਜ਼ੋਰ ਜ਼ੋਰ ਕੇ ਕਹਿੰਦਾ ਜਦੋਂ ਮੈਂ ਕਿਹਾ ਹੋਸਪਿਟਲ 'ਚ ਜੀ ਦੇਖਿਆ ਨਹੀਂ ਜਾਂਦਾ ਕਹਿੰਦਾ ਮੈਂ ਕਿਹਾ ਵੀਰੇ ਮੇਰੀ ਬਾਂਹ ਟੁੱਟ ਗਈ ਵੀਰੇ ਹੁਣ ਟੁੱਟ ਗਈ ਹੁਣ ਤਾਂ ਮੈਨੂੰ ਛੱਡ ਦੇ ਕਹਿੰਦਾ ਮਜ਼ਾ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਬੰਦਾ ਸਰਦਾਰ ਜਿਹਾ ਉਹਦੇ ਇੱਥੇ ਨੱਕ 'ਤੇ ਥੋੜ੍ਹਾ ਜਿਹਾ ਨਿਸ਼ਾਨ ਆ ਕਹਿੰਦਾ ਸਾਨੂੰ ਮਜ਼ਾ ਨਹੀਂ ਆਇਆ ਫਿਰ ਉਹਨਾਂ ਨੇ ਕੀ ਕੀਤਾ ਉਹਦੇ ਸਿਰ 'ਤੇ ਕੁਰਬਾਨਾ ਮਾਰਨੀਆਂ ਸ਼ੁਰੂ ਕਰਤੀਆਂ ਭਾਅ ਜੀ ਉਹਦੇ ਸਿਰ ਬਾਈਕ ਮੁੱਦੀ ਕਰਕੇ ਜੋ ਪਹਿਲਾਂ ਪੈਟਰੋਲ ਕੱਢਿਆ ਫਿਰ ਉੱਤੇ ਅੱਗ ਲਾ ਦਿੱਤੀ ਜੀ ਕਿਸ਼ਤਾਂ 'ਤੇ ਖਰੀਦੀ ਸੀ ਜੀ ਅਸੀਂ ਪੂਰਾ ਇਨਸਾਫ ਚਾਹੁੰਦੇ ਹਾਂ ਉਹਨਾਂ ਨੂੰ ਸਜ਼ਾ ਮਿਲੇ ਮੇਰਾ ਭਰਾ ਹਜੇ ਹੁਣੀ ਸਾਡੀ ਪਿਛਲੇ ਸਾਲ ਛੱਤ ਗਿਰੀ ਸੀ ਜੀ ਮਕਾਨ ਪਾ ਕੇ ਹਟਿਆ ਹਜੇ ਕਰਜ਼ੇ ਲਾ ਰਿਹਾ ਸੀ ਲੋਕਾਂ ਦੇ ਮੈਂ ਹਜੇ ਕਰਜ਼ੇ ਨਹੀਂ ਲਿੱਥੇ ਸੀ ਹੁਣ ਉਹ ਉੱਥੇ ਜਾ ਕੇ ਬਹਿ ਗਿਆ ਹੁਣ ਅਸੀਂ ਕਿੱਥੋਂ ਕਿੱਥੋਂ ਪੈਸੇ ਫੜ ਕੇ ਉਹਦਾ ਇਲਾਜ ਕਰਾ ਰਹੇ ਹਾਂ ਸਾਨੂੰ ਨਹੀਂ ਪਤਾ ਸਾਡੇ ਨਾਲ ਰੱਬ ਹੀ ਆ ਉੱਥੇ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ 'ਤੇ ਵੱਖ ਵੱਖ ਧਾਰਾਵਾਂ 'ਤੇ ਚੱਲਦਿਆਂ ਮਾਮਲਾ ਦਰਜ ਕਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਉਹਦੇ ਵਿੱਚ ਪਹਿਲਾਂ ਹੀ ਮੁਕੱਦਮਾ ਨੰਬਰ 101-2519 ਦਾ 307 ਅਤੇ ਹੋਰ ਧਾਰਾਵਾਂ ਦੇ ਤਹਿਤ ਦਰਜ ਹੋ ਗਿਆ ਜਿਹਦੇ ਵਿੱਚ ਅਸੀਂ 3 ਦੋਸ਼ੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਅਤੇ ਉਸ ਤੋਂ ਬਾਅਦ ਬਾਕੀ ਜਿਹੜੇ ਰਹਿੰਦੇ ਉਹਨਾਂ 'ਤੇ ਰੇਡ ਕੀਤਾ ਜਾਂਦਾ ਰਿਹਾ ਅਤੇ ਤਫਤੀਸ਼ ਚੱਲ ਰਹੀ ਆ ਅਤੇ ਜਲਦੀ ਤੋਂ ਜਲਦੀ ਉਹ ਫੜ ਕੇ ਉਹਨਾਂ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਜਾਊਗਾ ਬਿਊਰੋ ਰਿਪੋਰਟ ਲੁਧਿਆਣਾ ਵਿਊ